press the bell icon and never miss a video from newsnumber.com. Dil diyan gallan ajj mere naal. ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਬਿੱਟੂ ਚੱਕਵਾਲਾ। ਦੋਸਤੋ, ਅੱਜ ਅਸੀਂ ਇਸ ਪਿੰਡ ਦੀਆਂ ਤੁਹਾਨੂੰ ਕੁਝ ਝਲਕਾਂ ਵਿਖਾਵਾਂਗੇ ਅਤੇ ਪਿੰਡ ਦੇ ਲੋਕਾਂ ਨਾਲ ਕਰਾਂਗੇ ਗੱਲਾਂ ਬਾਤਾਂ। newsnumber.com ਦੇ ਵਿੱਚ ਜਿੱਥੇ ਤੁਸੀਂ ਅਕਸਰ ਵੇਖਦੇ ਰਹਿੰਦੇ ਹੋ ਕਿ ਸਮੇਂ-ਸਮੇਂ 'ਤੇ ਕਲਾਕਾਰਾਂ, ਫਨਕਾਰਾਂ, ਸਾਹਿਤਕਾਰਾਂ ਦੇ ਨਾਲ ਮੁਲਾਕਾਤਾਂ, ਅੱਜ ਇੱਕ ਅਜਿਹੀ ਮੁਲਾਕਾਤ ਇਸ ਨਗਰ ਦੇ ਲੋਕਾਂ ਦੇ ਨਾਲ ਹੋਵੇਗੀ। ਮੁਲਾਕਾਤ ਦਾ ਪੱਖ ਹੋਵੇਗਾ ਕਿ ਕਿਵੇਂ ਇਹਨਾਂ ਲੋਕਾਂ ਨੇ ਆਪਣੇ ਪਿੰਡ ਨੂੰ ਇੰਨਾ ਸੋਹਣੀ ਰੰਗਤ ਦਿੱਤੀ ਹੈ, ਕਿਵੇਂ ਫੁੱਲ ਬੂਟੇ, ਰੰਗ ਬਿਰੰਗੀਆਂ ਜਿਹੜੀਆਂ ਕਲਾ ਕਿਰਤੀਆਂ ਨੇ, ਵੱਖੋ ਵੱਖਰੇ ਮਾਟੋ ਲਿਖੇ ਹੋਏ ਨੇ ਪਿੰਡ ਦੇ ਵਿੱਚ। ਪਿੰਡ ਦਾ ਪ੍ਰਾਇਮਰੀ ਸਕੂਲ ਬੜਾ ਸੋਹਣਾ ਬਣਾਇਆ। ਪਿੰਡ ਦੇ ਹੋਰ ਸੜਕਾਂ ਵਗੈਰਾ ਚਾਰੇ ਪਾਸੇ ਵੇਖੀਏ ਤਾਂ ਬਿਲਕੁਲ ਇੱਕ ਵੱਖਰੀ ਝਲਕ ਆਮ ਪਿੰਡ ਨਾਲੋਂ ਵੇਖਣ ਨੂੰ ਮਿਲਦੀ ਹੈ। ਇਸ ਪਿੰਡ ਦੇ ਲੋਕਾਂ ਦੀ ਮਿਹਨਤ ਬੜੀ ਹੈ, ਉਹ ਮਿਹਨਤ ਪਿੱਛੇ ਕੀ ਰਾਜ ਹੈ, ਆਜੋ ਤੁਹਾਨੂੰ ਪਿੰਡ ਦੀ ਨਾਲੇ ਤਾਂ ਝਲਕ ਹੀ ਵਿਖਾਉਂਦੇ ਹਾਂ ਅਤੇ ਨਾਲ ਦੀ ਨਾਲ ਪਿੰਡ ਵਾਸੀਆਂ ਨਾਲ ਕਰਦੇ ਹਾਂ ਗੱਲਬਾਤ, ਤਾਂ ਕਿ ਪਤਾ ਲੱਗ ਸਕੇ ਕਿ ਸੁੱਖਾ ਸਿੰਘ ਵਾਲਾ ਪਿੰਡ ਦੇ ਲੋਕਾਂ ਨੇ ਕਿਵੇਂ ਜਿਹੜੀ ਇਹ ਆਪਣੇ ਪਿੰਡ ਦੀ ਸਾਫ਼ ਸਫਾਈ ਕੀਤੀ। ਆਜੋ ਪਿੰਡ ਵਾਸੀਆਂ ਦੇ ਨਾਲ ਬੈਠੇ ਹਾਂ। ਸੁੱਖਾ ਸਿੰਘ ਵਾਲਾ ਪਿੰਡ ਜਿੱਥੇ ਜ਼ਿਲ੍ਹਾ ਬਠਿੰਡਾ ਦੇ ਇਸ ਪਿੰਡ ਦੇ ਨਿਵਾਸੀਆਂ ਨੇ ਆਪਣੇ ਪਿੰਡ ਨੂੰ ਨੁਹਾਰ ਨੂੰ ਬਦਲਣ ਦੇ ਲਈ ਇੱਕ ਵੱਡਾ ਉਪਰਾਲਾ ਕੀਤਾ। ਆਮ ਕਰਕੇ ਆਪਾਂ ਵੇਖਦੇ ਹਾਂ ਕਿ ਪਿੰਡਾਂ ਦੇ ਵਿੱਚ ਸਰਕਾਰ ਵੱਲ ਵੇਖਿਆ ਜਾਂਦਾ, ਇਸ ਪਿੰਡ ਨੇ ਕਿਹਦੇ ਵੱਲ ਵੇਖਿਆ ਅਤੇ ਕਿਵੇਂ ਪਿੰਡ ਦਾ ਵਿਕਾਸ ਕੀਤਾ, ਆਪਾਂ ਪੂਰੀ ਕਹਾਣੀ ਅੱਜ ਸਮੁੱਚੇ ਦਰਸ਼ਕਾਂ ਦੇ ਨਾਲ newsnumber.com 'ਤੇ ਸਾਂਝੀ ਕਰਾਂਗੇ। ਬਾਈ ਪਾਲ ਸਿੰਘ ਹੁਣੀ, ਬਾਈ ਗੁਰਸੇਵ ਹੁਣੀ, ਸਮੁੱਚੇ ਨਗਰ ਨਿਵਾਸੀਆਂ ਦੇ ਨਾਲ ਤੁਸੀਂ ਵੇਖ ਰਹੇ ਹੋ ਕਿ ਬਹੁਤ ਸਾਰੇ ਨੌਜਵਾਨ ਵੀ ਇੱਥੇ ਸਾਡੇ ਨਾਲ ਇਸ ਸੱਥ ਦੇ ਵਿੱਚ ਹਾਜ਼ਰ ਨੇ। ਆਪਾਂ ਗੱਲਬਾਤ ਕਰਦੇ ਹਾਂ ਬਾਈ ਪਾਲ ਜੀ, ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਜਦੋਂ ਪਿੰਡ ਦੇ ਵਿੱਚ ਆਇਆ ਤਾਂ ਸਭ ਤੋਂ ਪਹਿਲਾਂ ਮੈਨੂੰ ਬੜਾ ਵਧੀਆ ਲੱਗਿਆ ਕਿ ਚੰਡੀਗੜ੍ਹ ਵਰਗਾ ਪਿੰਡ ਆ, ਜਿਵੇਂ ਸੜਕਾਂ ਦੇ ਉੱਪਰ ਲਾਈਨਾਂ ਲਾਈਆਂ ਅਤੇ ਦੂਸਰੇ ਪਾਸੇ ਵੇਖ ਰਹੇ ਸੀ ਕਿ ਪੂਰੇ ਦੇ ਪੂਰੇ ਦਰਖਤ ਜਿਹੜੇ ਘਰਾਂ ਦੇ ਮੂਹਰੇ, ਘਰਾਂ 'ਤੇ ਨੰਬਰ ਲੱਗੇ, ਇਹ ਸਾਰੀ ਪਲੈਨਿੰਗ ਕਿਵੇਂ ਦਿਮਾਗ ਦੇ ਵਿੱਚ ਆਈ? ਇਹ 2015 'ਚ ਮੈਂ ਸ਼ੁਰੂ ਕੀਤਾ ਸੀ ਇਹ ਕੰਮ ਸਕੂਲ 'ਚ ਜੀ। ਉਦੋਂ ਮੇਰੇ ਪਿਤਾ ਦੀ ਡੈਥ ਹੋ ਗਈ ਸੀ, ਮੈਂ ਸੋਚਿਆ ਕੁਛ ਨਵਾਂ ਕੀਤਾ ਜਾਵੇ। ਫਿਰ ਉਦੋਂ ਪਾਰਕ ਬਣਾਇਆ, ਫਿਰ 16 'ਚ ਮੇਰੀ ਮਾਤਾ ਦੀ ਡੈਥ ਹੋ ਗਈ ਜੀ। ਅੱਛਾ। ਫਿਰ ਅਸੀਂ ਪਿੰਡ 'ਚ ਕੰਮ ਸ਼ੁਰੂ ਕੀਤਾ ਜੀ। ਅੱਛਾ। ਅਤੇ ਸ਼ੁਰੂ 'ਚ ਅਸੀਂ 5 ਕੁ ਬੰਦੇ ਜੀ, ਹੁਣ ਸਾਰਾ ਪਿੰਡ ਸਾਡੇ ਨਾਲ ਹੈ। ਪਹਿਲਾਂ ਕਿਹੜਾ ਕੰਮ ਸ਼ੁਰੂ ਕੀਤਾ ਜੋ ਤੁਸੀਂ ਸ਼ੁਰੂ ਕੀਤਾ? ਸਕੂਲ 'ਚ ਪਾਰਕ ਬਣਾਇਆ ਸੀਗਾ ਜੀ। ਅੱਛਾ। ਪ੍ਰਾਇਮਰੀ ਸਕੂਲ ਦੇ ਵਿੱਚ। ਅਤੇ ਅਗਲੀ ਵਰਸੀ ਦਾ ਪੇਂਟ ਕਰਾਇਆ ਸੀਗਾ ਜੀ। ਜੀ। ਜਿਸ ਤਰ੍ਹਾਂ ਹੁਣ ਪਿੰਡ ਦੀ ਨੁਹਾਰ ਬਦਲੀ ਹੈ, ਪਤਾ ਲੱਗਦਾ ਵੀ ਪਿੰਡ 'ਚ ਕੰਮ ਹੋਇਆ ਵਾ। ਪਹਿਲਾਂ ਹੀ ਸੋਚ ਲਿਆ ਸੀ ਕਿ ਪਿੰਡ ਇਹੋ ਜਿਹਾ ਬਣਾਉਣਾ ਜਾਂ ਸਿਰਫ ਇਹੀ ਸੀ ਵੀ 2-4 ਬੂਟੇ ਲਾ ਕੇ ਆਪਾਂ ਸਰਦਾਰ ਜੀ? ਸੋਚਿਆ ਸੀ ਕਿ ਛੱਪੜਾ 4 ਸਵੇਰੇ ਬਣਾਵਾਂਗੇ ਜੀ। ਅਤੇ ਉਸ ਤੋਂ ਬਾਅਦ ਜਦੋਂ ਅਸੀਂ ਇੱਥੇ ਰੰਗ ਕਰਨ ਲੱਗੇ ਗੁਰਦੁਆਰਾ ਸਾਹਿਬ ਨੂੰ ਜੀ, ਅਤੇ ਕੁਛ ਬੰਦੇ ਕਹਿੰਦੇ 1000-1000 ਰੁਪਏ ਅਸੀਂ ਦਿਨੇ ਸਾਡੇ ਘਰਾਂ ਨੂੰ ਵੀ ਕਰਦੇ ਜੀ, ਫਿਰ ਐਂ ਲੱਗਦੇ ਸਾਰੇ ਪਿੰਡ ਨਹੀਂ ਕਰ ਲਿਆ ਜੀ। ਪਹਿਲਾਂ ਨਹੀਂ ਸੋਚਿਆ ਸੀਗਾ ਵੀ ਕੰਮ ਹੋ ਜੂਗਾ ਜੀ। ਦੋਸਤੋ, ਤੁਹਾਨੂੰ ਦੱਸ ਦਈਏ ਕਿ ਇਹ ਸਿੱਧੂ ਲੋਕਾਂ ਦਾ, ਜਿਹੜਾ ਸਿੱਧੂ ਗੋਤ ਦੇ ਨਗਰ ਨਿਵਾਸੀਆਂ ਦਾ ਪੂਰਾ ਪਿੰਡ ਆ ਤਕਰੀਬਨ, ਜਿਹੜੇ ਇੱਥੇ
ਸਿੱਧੂ ਗੋਤ ਨਾਲ ਸੰਬੰਧਿਤ ਪੰਜਾਬੀ ਵੱਸਦੇ ਨੇ। ਬਾਬਾ ਜੀ, ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਤੁਹਾਡੇ ਜਿਹੜੀ ਪੂਰੀ ਉਮਰ ਇਸ ਪਿੰਡ ਦੇ ਵਿੱਚ ਬੀਤੀ ਹੈ, ਪਹਿਲਾਂ ਕਦੇ ਕਿਸੇ ਪੰਚਾਇਤ ਨੇ ਜਾਂ ਪਹਿਲਾਂ ਪੁਰਾਣੇ ਲੋਕਾਂ ਨੇ ਅਜਿਹੀ ਨਿਹਾਰ ਬਦਲਣ ਬਾਰੇ ਸੋਚਿਆ ਸੀ ਕਿ ਸਾਡਾ ਪਿੰਡ ਵੀ ਕਿਤੇ ਇੱਦਾਂ ਵਧੀਆ ਬਣੂਗਾ ਜਿਹਨੂੰ ਦੇਖ ਕੇ ਰੂਹ ਖੁਸ਼ ਹੋਵੇਗੀ? ਜਿਹੜਾ ਸਾਡਾ ਬੈਚ ਸੀ ਹੈ ਜੀ, ਅਸੀਂ ਤਕਰੀਬਨ 8-10 ਮੁੰਡਿਆਂ ਨੇ 1976 ਦੇ ਵਿੱਚ ਮੈਟ੍ਰਿਕ ਕਰੀ ਸੀ। ਅਸੀਂ ਉਦੋਂ ਇਹ ਸੋਚਿਆ ਸੀ ਕਿ ਪਿੰਡ ਦੀ ਜਿਹੜੀ ਹੈਗੀ ਨਿਹਾਰ ਬਦਲੀ ਜਾਵੇ, ਪਰ ਸਾਡੇ ਕੋਲ ਇੰਨਾ ਵਕਤ ਵੀ ਇਹ ਨਹੀਂ ਸੀ ਅਤੇ ਉਦੋਂ ਮਤਲਬ ਜਿਹੜਾ ਲੋਕਾਂ ਦਾ ਸਹਿਯੋਗ ਵੀ ਘੱਟ ਸੀ। ਮਨ ਦੇ ਵਿੱਚ ਇੱਛਾ ਜ਼ਰੂਰ ਸੀਗੀ, ਪਰ ਹੌਲੀ ਹੌਲੀ ਸਮਾਂ ਤਬਦੀਲ ਹੁੰਦਾ ਗਿਆ। ਇਹ ਡਾਕਟਰ ਹੈ ਗੁਰਸੇਵਕ ਸਿੰਘ ਜੀ, ਪਾਰ ਸਿੰਘ ਹੈ ਅਤੇ ਹੋਰ ਜਿਹੜੇ ਨੌਜਵਾਨ ਮੁੰਡੇ ਹੈ, ਜਦੋਂ ਇਹਨਾਂ ਨੇ ਮਤਲਬ ਇਹ ਕੰਮ ਨੂੰ ਸ਼ੁਰੂ ਕੀਤਾ ਜੀ, ਤਾਂ ਬੜੀ ਮਨ ਨੂੰ ਖੁਸ਼ੀ ਹੋਈ ਕਿ ਸਾਡਾ ਜਿਹੜਾ ਸੁਪਨਾ ਹੈ ਉਹ ਸਾਕਾਰ ਹੋਣ ਜਾ ਰਿਹਾ। ਆਮ ਤੌਰ 'ਤੇ ਪਾਲ ਬਾਈ ਦੇਖਦੇ ਹਾਂ ਕਿ ਪਿੰਡਾਂ ਦੇ ਵਿੱਚ ਲੱਤਾਂ ਖਿੱਚਣ ਵਾਲਾ ਕੰਮ ਜ਼ਿਆਦਾ ਹੁੰਦਾ, ਕਿਉਂਕਿ ਸ਼ਹਿਰਾਂ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਵਿਕਾਸ ਹੋ ਜਾਂਦਾ ਕਿਉਂਕਿ ਲੋਕ ਬੜਾ ਸਾਥ ਦਿੰਦੇ ਨੇ, ਪਿੰਡ ਵਾਲਿਆਂ ਨੇ ਕਿੰਨਾ ਕੁ ਸਾਥ ਦਿੱਤਾ? ਨਹੀਂ, ਸ਼ੁਰੂ ਤਾਂ ਸਾਲ ਬਹੁਤ ਹੈਰਾਨ ਕੀਤਾ ਜੀ ਮੈਨੂੰ। ਅੱਛਾ, ਕੋਈ ਕਸਰ ਨਹੀਂ ਛੱਡੀ, ਮੋਟਰ ਵੀ ਚੋਰੀ ਹੋ ਗਈ ਸੀ ਜੀ, ਫਿਰ ਮੈਂ ਨਵੀਂ ਪਾਤੀ ਸਕੂਲ 'ਚ ਅਤੇ ਪਰ ਅਸੀਂ ਲੜੇ ਨਹੀਂ ਕਿਸੇ ਨਾਲ, ਮਤਲਬ ਹਿੰਡੀ ਉਹ ਵੀ ਸੀਗੇ ਤੁਸੀਂ ਵੀ ਸੀ, ਆਪਾਂ ਚੁੱਪ ਕਰਕੇ ਪਾਣੀ ਪਾ ਕੇ ਮੁੜ ਜਾਂਦੇ ਸੀ, ਕਿਸੇ ਨੂੰ ਬੁਲਾਉਂਦੇ ਸੀ ਜੀ ਜੀ। ਸਾਰੇ ਪਿੰਡ 'ਚ ਇੱਕ ਅੱਧਾ ਬੰਦਾ ਹੁੰਦਾ ਜੀ ਜਿਹੜਾ ਮਤਲਬ ਕੋਈ ਖਰਾਬ ਕਰਨ ਵਾਲਾ ਹੁੰਦਾ, ਪਰ ਚੱਲਦੇ ਰਹੇ ਜੀ, ਕਿਸੇ ਨਾਲ ਲੜੇ ਨਹੀਂ ਜੀ, ਬਸ ਜੀ ਜੀ ਪੰਜਾਬ ਦੇ ਕੰਮ ਦੇ ਲੱਗੇ ਰਹੇ। ਜਦੋਂ ਪਾਰਕ ਵਧੀਆ ਬਣ ਗਏ ਫਿਰ ਜੀ ਮੰਨ ਗਏ ਆਪਣੇ ਆਪ ਹੀ ਸਾਰੇ। ਹੁਣ ਤੁਸੀਂ ਕੀ ਕੀ ਪਿੰਡ ਦੇ ਵਿੱਚ ਖਾਸ ਕਰ ਚੁੱਕੇ ਹੋ ਹਾਲੇ ਤੱਕ, ਜਿਹੜਾ ਤੁਸੀਂ ਮੰਨਦੇ ਹੋ ਵੀ ਸਾਡਾ ਕੰਮ ਕੰਪਲੀਟ ਹੋ ਚੁੱਕਿਆ? ਕੰਪਲੀਟ, ਇੱਕ ਤਾਂ ਪੇਂਟ ਦਾ ਹੋ ਗਿਆ ਸਾਰਾ ਕੰਪਲੀਟ ਜੀ, ਸਫਾਈ ਵਾਲਾ ਸਾਰਾ ਕਿਤੇ ਉਹ ਨਹੀਂ ਗਾ, ਇਹ ਕੰਪਲੀਟ ਹੈ। ਸਾਡੀ ਹੈੱਜ ਅੱਡ ਤੋਂ ਲੱਗ ਕੇ 1.5 ਕਿਲੋਮੀਟਰ ਦੇ ਉਹ ਵੀ ਲਾ ਦੇ ਇੱਕ ਸਾਰੇ ਹੀ। ਅੱਛਾ, ਸਾਰੇ ਪਿੰਡ 'ਚ ਪਲਾਂਟੇਸ਼ਨ ਕਰਤੀ, ਸਾਰਾ ਹੀ ਟੋਟਲ ਹੋ ਗਈ ਜੀ। ਅਤੇ ਸਾਡੇ ਹੁਣ ਇੱਕ ਅੱਗੇ ਪਲਾਣਾ ਜੀ ਵੀ ਘਰਾਂ 'ਚ ਟੋਏ ਪਟਾ ਕੇ ਜਿਹੜਾ ਨਾਲੀਆਂ 'ਚ ਪਾਣੀ ਆਉਂਦਾ ਉਹ ਘਰ ਹੀ ਛੱਡਦੇ ਜਾਂਦੇ ਜੀ। ਅੱਛਾ, ਵੀ ਆ ਵੀ ਨੇ ਨਾਲੀਆਂ 'ਚ ਸੀਵਰੇਜ ਪਾਉਣ ਦੀ ਵੀ ਲੋੜ ਆ ਜੀ, ਹੋਰ ਨਹੀਂ ਜਿਹੜਾ ਹੁਣ ਮੋਟਰਾਂ ਦੇ ਵਸੂ ਨਵਾਉਂਦੇ ਉਹ ਥੱਲੇ ਨੀਚੇ ਹੀ ਵਗ ਜਾਏ ਜੀ, ਜਿਹੜਾ ਧਰਤੀ 'ਚੋਂ ਕੱਢਦੇ ਆ ਉਹਦੇ ਵਿੱਚ ਚਲਾ ਜਾਵੇ। ਪਰ ਉਹ ਜੇ ਗੰਦਾ ਪਾਣੀ ਧਰਤੀ 'ਚ ਮਿਲੂਗਾ? ਨਹੀਂ, ਗੰਦਾ ਨਹੀਂ, ਉਹ ਬਾਹਰ ਕੱਢ ਦਿਆਂਗੇ ਜੀ, ਪਲੱਸਾਂ ਵਾਲਾ ਤਾਂ ਜਿਹੜਾ ਆਪਾਂ ਮੈਸਾਂ ਨਵਾਉਂਦੇ ਹਾਂ ਜੀ, ਉਹ ਥੱਲੇ ਨਹੀਂ ਪਾਉਂਦੇ, ਉਹ ਖੇਤੀ ਯੋਗ ਜਿਹੜਾ ਆਮ ਪਾਣੀ ਆ। ਠੀਕ ਹੈ ਜੀ। ਡਾਕਟਰ ਗੁਰਸੇਵਕ ਜੀ, ਜਿਸ ਤਰ੍ਹਾਂ ਜਦੋਂ ਆਪਾਂ ਕੰਮ ਕਾਜ ਸ਼ੁਰੂ ਕਰਦੇ ਹਾਂ ਤਾਂ ਬੜੇ ਮਨ ਦੇ ਵਿੱਚ ਚਾਅ ਹੁੰਦੇ ਨੇ ਕਿ ਇਸ ਤਰ੍ਹਾਂ ਕਰਾਂਗੇ, ਇਸ ਤਰ੍ਹਾਂ ਕਰਾਂਗੇ। ਜਿਸ ਤਰ੍ਹਾਂ ਪਾਲ ਸਿੰਘ ਹੋਣਾ ਨੇ ਦੱਸਿਆ, ਬਜ਼ੁਰਗਾਂ ਨੇ ਦੱਸਿਆ ਕਿ ਪਿੰਡ ਦੇ ਵਿੱਚ ਬਹੁਤ ਸਾਰੇ ਕੰਮ ਤੁਸੀਂ ਨੇਪਰੇ ਚਾੜ ਲਏ ਨੇ, ਸਰਕਾਰ ਦਾ ਕੋਈ ਖਾਸ ਸਹਿਯੋਗ ਰਿਹਾ ਜਾਂ ਹਾਲੇ ਤੱਕ ਤੁਸੀਂ ਆਪ ਹੀ ਆਪਣੇ ਘਰਾਂ 'ਚ ਜੇਬਾਂ 'ਚੋਂ ਹੀ ਲਾ ਰਹੇ ਹੋ? ਫਿਲਹਾਲ ਤਾਂ ਜੀ ਪਿੰਡ ਦੇ ਸਹਿਯੋਗ ਨਾਲ ਸਾਰੇ ਜਿੰਨੇ ਨੌਜਵਾਨ ਮੁੰਡੇ ਆ, ਤਿਲ ਫੁੱਲ ਹਰ ਇੱਕ ਬੰਦੇ ਨੇ 100 ਰੁਪਏ ਤੋਂ ਲੈ ਕੇ 5,000, 10,000, 20,000 ਤੱਕ ਜਿੰਨਾ ਵੀ ਕੋਸ਼ਿਸ਼ ਕਰ ਸਕਿਆ ਸੀ, ਲਗਭਗ ਸਾਰਾ ਵਲੰਟਰਲੀ ਲਾਇਆ ਜੀ ਜੀ, ਕਿਸੇ ਸਰਕਾਰ ਵੱਲੋਂ ਕੁਛ ਨਹੀਂ। ਜਦੋਂ ਪਰ ਪੂਰਾ ਹੁਣ ਪਿੰਡ ਦਾ ਤਾਰ ਸਪੇਰੇ ਵਾਈਟ ਵਾਸ਼ ਹੋ ਗਿਆ, ਸਲੋਗਨ ਲਿਖੇ ਗਏ, ਪਿੰਡ ਸੁੰਦਰ ਬਣ ਗਿਆ, ਤਾਂ ADC ਮੈਡਮ ਵੀ ਆਏ ਸੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ, ਹੋਰ ਪ੍ਰਸ਼ਾਸਨ ਦੇ ਬੰਦੇ ਵੀ ਰੋਜ਼ ਆਉਂਦੇ ਰਹੇ, ਅਤੇ ਸਾਨੂੰ ਅੱਗੇ ਨੂੰ ਇੱਜ਼ਤਮਾਨ ਵੀ ਵਧੀਆ ਮਿਲਿਆ ਹੈ, ਪ੍ਰੈਸ ਦੇ ਵਿੱਚ ਵੀ ਆਇਆ ਹੈ। ਪਰ ਜਿਸ ਤਰ੍ਹਾਂ ਸਵੱਛ ਭਾਰਤ ਦੀਆਂ ਮੋਦੀ ਸਾਹਿਬ ਨੇ ਸਕੀਮਾਂ ਚਲਾਈਆਂ ਜਾਂ ਸਟੇਟ ਗੌਰਮੈਂਟ ਵੱਲੋਂ ਮਤਲਬ ਮਾਈ ਵਿਲੇਜ ਮਾਈ ਪ੍ਰਾਈਡ ਦਿੱਤਾ ਗਿਆ, ਉਸ ਕਰਕੇ ਜਿੰਨਾ ਪ੍ਰਸ਼ਾਸਨ ਨੇ ਸਾਨੂੰ ਕੋਈ ਮਾਲੀ ਸਹਾਇਤਾ ਦੀ ਲੋੜ ਸੀ, ਉਹ ਹਜੇ ਤੱਕ ਸਾਨੂੰ ਕੌਡੀ ਵੀ ਨਹੀਂ ਦਿੱਤੀ ਗਈ, ਇੱਕ ਹਜੇ ਵਲੰਟਰੀ ਚੱਲ ਰਿਹਾ। ਪਰ ਅਸੀਂ ਹੌਸਲਾ ਨਹੀਂ ਛੱਡਿਆ, ਕਿਉਂਕਿ ਤੁਹਾਡੇ ਵਰਗੇ ਭਰਾ ਜਿਸ ਤਰ੍ਹਾਂ ਮਤਲਬ ਪੂਰੇ ਸਾਡੇ ਦੇਸ਼ ਦੇ ਵਿੱਚ ਸਾਡੇ ਨਗਰ ਦਾ ਨਾਂ ਕਰ ਰਿਹਾ, ਅਤੇ ਸਾਨੂੰ ਆਸ ਹੈ ਕਿ NRI ਵੀਰ ਆਉਣਗੇ, ਜਿਵੇਂ ਜੱਸੀ ਜੀ ਆਏ ਪਿੱਛੇ ਅਮੈਰੀਕਾ ਤੋਂ, ਉਹਨਾਂ ਨੇ ਸਾਡਾ ਪਿੰਡ ਦੇਖਿਆ ਅਤੇ ਸਾਡੇ ਨਗਰ ਨੂੰ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ, 21,000 ਰੁਪਇਆ ਦੇ ਕੇ ਗਏ, ਇੱਕ ਬੇਟੀ ਨੇ ਇੱਥੇ ਪਹਾੜਾ ਸੁਣਾਇਆ ਉਹਨੂੰ 2,000 ਰੁਪਇਆ ਦੇ ਕੇ ਗਏ, ਸਾਡੇ ਨੌਜਵਾਨਾਂ ਦਾ ਹੌਸਲਾ ਹੋਰ ਵਧਿਆ। ਹੁਣ ਥੋੜ੍ਹਾ ਜਿਹਾ ਸੀਜ਼ਨ ਆ, ਬਸ ਕੰਮ ਦਾ ਸੀਜ਼ਨ ਮੁੱਕਣ ਦੇ ਉੱਤੇ ਫਿਰ ਅਸੀਂ ਮਹਾਰਾਜ ਨੇ ਕਿਰਪਾ ਕੀਤੀ ਹੈ ਕਿ ਬੜੀ 1509 ਵਗੈਰਾ ਰੇਟ ਵੱਧ ਰਿਹਾ, ਅਤੇ ਕੋਸ਼ਿਸ਼ ਕਰਦੇ ਹਾਂ ਨਗਰ ਵਾਲੇ ਸਾਨੂੰ ਹੋਰ ਪੈਸਾ ਆਪਦੀ ਜੇਬ 'ਚੋਂ ਦੇਣਗੇ, ਅਸੀਂ ਆਪਦਾ 10-10 ਸਬੰਧ ਕੱਢ ਕੇ ਇਹ ਕੰਮ ਤਾਂ ਜਾਰੀ ਰੱਖਣਾ। ਪਾਲ ਬਾਈ, ਪਿੰਡਾਂ ਦੇ ਵਿੱਚ ਲੋਕਾਂ ਨੇ ਪਸ਼ੂ ਬੜੇ ਰੱਖੇ ਹੁੰਦੇ ਆ, ਅਤੇ ਆਮ ਤੌਰ 'ਤੇ ਪਿੰਡਾਂ 'ਚ ਰੂੜੀਆਂ ਬੜੀਆਂ, ਸੜਕਾਂ ਦੇ ਕਿਨਾਰੇ, ਗਲੀਆਂ ਦੇ ਕਿਨਾਰੇ ਹੁੰਦੀਆਂ ਨੇ, ਇੱਥੇ ਮੈਂ ਵੇਖਿਆ ਕਿ ਕੋਈ ਰੂੜੀ ਜ਼ਿਆਦਾ ਦੇਖਣ ਨੂੰ ਨਹੀਂ ਮਿਲੀ, ਛੱਡੀਆਂ ਵੀ ਸੀਗੀਆਂ, ਕੀ ਪ੍ਰਬੰਧ ਕੀਤਾ ਉਹਦਾ ਤੁਸੀਂ? ਨਹੀਂ, ਇੱਥੇ ਜਿਹੜੇ ਗਰੀਬ ਜਾਂਦੇ ਇਹਨਾਂ 'ਚ ਛੱਡੀਆਂ ਸੀਗੀਆਂ ਅਤੇ ਰੂੜੀਆਂ, ਅਤੇ ਅਸੀਂ ਉਹਨਾਂ ਨੂੰ ਲੇਬਰ 'ਤੇ ਰੱਖ ਲੈਂਦੇ ਸੀਗੇ ਜੀ, ਉਹਨਾਂ ਨੂੰ ਜੋ ਸਾਡੇ ਨਾਲ ਤੁਰਦੇ ਫਿਰਦੇ ਸੀ ਉਹਨੂੰ ਮਹਿਸੂਸ ਹੁੰਦਾ ਸੀ ਉਹ ਸਾਡਾ ਘਰ ਵੀ ਵਧੀਆ ਬਣ ਜਾਏ,
ਫਿਰ ਅਸੀਂ ਉਹ ਸਾਨੂੰ ਕਹਿੰਦੇ ਵੀ ਅਸੀਂ ਛੱਡੀਆਂ ਚੱਕ ਦਿੰਦੇ ਸਾਡੇ ਵੀ ਰੰਗ ਕਰਦੇ ਜੀ। ਇਸ ਤਰ੍ਹਾਂ ਉਹ ਕੀਤਾ ਸੀ, ਧੱਕਾ ਨਹੀਂ ਕੀਤਾ ਕਿਸੇ ਨਾਲ। ਜਦੋਂ ਆਪਾਂ ਕੰਮ ਕਰਦੇ ਹਾਂ ਕਿ ਇੱਕ ਤਾਂ ਹੁੰਦਾ ਆਪਾਂ ਲੇਬਰ ਨੂੰ ਲਾ ਕੇ ਕੰਮ ਕਰਵਾ ਲਿਆ, ਇੱਕ ਹੁੰਦਾ ਆਪ ਕਰਨਾ, ਪਿੰਡ ਦੇ ਨੌਜਵਾਨ ਨਾਲ ਸਾਥ ਦੇ ਰਹੇ ਸਾਰੇ ਨੌਜਵਾਨ ਕੋਈ ਵੀ ਕੰਮ ਕਰਨਾ ਨਾਲ ਤੁਰਦੇ ਆ ਹਰ ਕੰਮ ਸਾਰੇ ਤੁਰਦੇ ਸਫਾਈ ਵੀ ਜਿਹੜੇ ਨੌਜਵਾਨ ਮੁੰਡੇ ਨੇ ਛੋਟੇ ਬੱਚਿਆਂ ਤੋਂ ਲੈ ਕੇ ਜਿਵੇਂ ਪਿੰਡ ਦਾ ਕੰਮ ਹੋਇਆ ਤਾਂ ਬਹੁਤ ਨਿੱਕੇ ਬੱਚੇ ਸਕੂਲ ਟਾਈਮ ਤੋਂ ਬਾਅਦ ਰਾਤ ਦੇ 10-10 ਵਜੇ ਤੱਕ, ਤੁਸੀਂ ਦੇਖੀ ਹੋਣੀ ਸ਼ਾਇਦ ਵੀਡੀਓ ਜਿਸ ਤਰ੍ਹਾਂ ਲੱਗ ਰਿਹਾ ਸੀ ਜੀ ਸਟੇਜ ਵਾਲੀ ਜਿਹੀ ਚੀਜ਼, ਉਹ ਵੀ ਰਾਤ ਦੇ 10-11 ਵਜੇ ਤੱਕ ਬਿਲਡਿੰਗ ਚੱਲਦਾ ਰਿਹਾ। ਆਹ ਬੱਚਿਆਂ ਨੇ ਜਿਹੜੀਆਂ ਛੋਟੀਆਂ ਛੋਟੀਆਂ ਇਹ ਸਾਰਾ ਬੱਚਿਆਂ ਦੀ ਦੇਣ ਹੈ ਨਾ, ਛੋਟੇ ਬੱਚੇ ਤੋਂ ਲੈ ਕੇ ਜਿੰਨੇ ਵੀ ਨੌਜਵਾਨ ਪਿੱਛੇ ਖੜੇ ਆ ਸਾਰੇ, ਮੇਰਾ ਖਿਆਲ ਇਹੋ ਜਿਹਾ ਘਰ ਦਾ ਕੋਈ ਮੈਂਬਰ ਨਹੀਂ ਹੋਣਾ ਜਿਹੜਾ ਰਾਤ ਦੇ 10-11 ਵਜੇ ਤੱਕ ਸਾਡੇ ਨਾਲ ਬੱਚਿਆਂ ਨੇ ਸਹਿਯੋਗ, ਕਿਉਂਕਿ 365 ਦਿਨ ਨਹੀਂ, ਬੇਸ਼ੱਕ ਸਾਨੂੰ 365 ਦਿਨ ਹੀ ਲੱਗੇ ਇਹ, ਵੈਸੇ ਤਾਂ 3 ਸਾਲ ਹੋ ਗਏ ਪਰ ਜ਼ਿਆਦਾ ਸਟਾਰਟਿੰਗ ਕਰੀ 365 ਦਿਨ, ਪਰ ਇਹਨੂੰ ਅਸੀਂ ਡੇਢੇ ਨਾਲ ਗੁਣਾ ਕਰ ਲਈਏ ਜਾਂ ਦੁੱਗਣਾ ਗੁਣਾ ਕਰ ਲਈਏ ਅਤੇ 600 ਦਿਨ ਦੇ ਨੇੜੇ। ਇੱਕ ਮੈਂ ਵੇਖ ਰਿਹਾ ਸੀ ਕਿ ਤੁਸੀਂ ਸਟੇਜ ਤਿਆਰ ਕੀਤੀ ਹੋਈ ਆ, ਸਟੇਜ ਦੇ ਉੱਪਰ ਤੁਸੀਂ ਪਾਈਪ ਲਾਏ ਹੋਏ ਆ, ਉਹਦਾ ਕੀ ਮਕਸਦ ਆ? ਉਹਦਾ ਮਕਸਦ ਇਹ ਹੈ ਜਦੋਂ ਕੋਈ ਭੋਗ ਵਗੈਰਾ ਹੋਊਗਾ, ਕੋਈ ਫੰਕਸ਼ਨ ਹੋਊਗਾ, ਉਹ 1500 ਸਕੁਅਰ ਫੁੱਟ ਦੀ ਹੈ ਜੀ, ਉੱਥੇ ਲੰਗਰ ਵਗੈਰਾ ਹੋ ਸਕਦਾ ਜੀ, ਉਹਦੀਆਂ ਚਾਨਣੀਆਂ ਅਸੀਂ ਖਰੀਦ ਲਾਂਗੇ ਆਪ। ਅੱਛਾ। ਅਤੇ ਟੈਂਟ ਮੰਡੀਓਂ ਲਿਆਉਣਾ ਪਊਗਾ ਸਾਨੂੰ ਜੀ, ਉਹ ਲੇਬਰ ਬਚੂ ਨੇ, ਖਰਚਾ ਬਚੂ ਹੈ, ਅਤੇ ਸਾਡੇ ਜੋਗਰੇ ਸਾਡੇ ਕੋਲ ਪੈਸੇ ਹੈ ਸੀ ਜੀ, ਅਸੀਂ ਦੇਸੀ ਜਗਾੜ ਕਰ ਲਏ ਆਪਣੇ ਆਪ ਹੀ। ਦੋਸਤੋ ਅਸੀਂ ਤੁਹਾਨੂੰ ਉਹ ਝਾਕੀ ਵੀ ਵਿਖਾਵਾਂਗੇ ਜਿਹਦੇ ਵਿੱਚ ਇਹਨਾਂ ਨੇ ਪੂਰੇ ਸਟੇਜ ਦੇ ਉੱਪਰ ਜਿਹੜੇ ਪਾਈਪ ਲਾ ਕੇ ਉਹ ਪੂਰੇ ਦਾ ਪੂਰਾ ਟੈਂਟ ਦਾ ਪ੍ਰਬੰਧ ਕੀਤਾ ਹੋਇਆ। ਜਦੋਂ ਕੋਈ ਜਿਸ ਤਰ੍ਹਾਂ ਬਾਈ ਹੁਣੀ ਦੱਸ ਰਿਹਾ ਸਮਾਗਮ ਆਵੇਗਾ, ਉਸ ਵਕਤ ਉਹਦੇ ਉੱਪਰ ਚਾਨਣੀਆਂ ਅਤੇ ਪਰਦੇ ਲਾ ਕੇ ਜਿਹੜਾ ਸਮਾਗਮ ਕੀਤਾ ਜਾ ਸਕਦਾ। ਬਾਈ ਜੀ ਵਿੱਦਿਆ ਦਾ ਬੜਾ ਰੋਲ ਹੁੰਦਾ, ਜੇ ਸਾਡੇ ਬੱਚੇ ਪੜ੍ਹੇ ਲਿਖੇ ਹੋਣਗੇ ਤਾਂ ਅੱਗੇ ਜਾ ਕੇ ਭਵਿੱਖ ਦੇ ਵਿੱਚ ਕੁਝ ਨਾ ਕੁਝ ਕਰ ਸਕਣਗੇ। ਗੁਰਸੇਵਕ ਜੀ ਸਕੂਲ ਦਾ ਕੋਈ ਖਾਸ ਉੱਦਮ ਕਰ ਰਹੇ ਹੋ? ਸਕੂਲ ਜੀ ਸਾਡੇ ਪਿੰਡ ਦੀ ਪੰਚਾਇਤ ਹੀ ਪਹਿਲਾਂ ਇੰਨਾ ਛੋਟਾ ਪਿੰਡ ਸੀ, ਭਾਈ ਦੇਸੇ ਨਾਲ ਪੰਚਾਇਤ ਸੀ, ਸ਼ੁਰੂ 'ਚ ਸਾਡੇ 2 ਮੈਂਬਰ ਸੀ, ਉਦੋਂ ਇਹ ਪ੍ਰਾਇਮਰੀ ਸਕੂਲ ਬਣਿਆ ਅਤੇ ਪ੍ਰਾਇਮਰੀ ਸਕੂਲ ਤੋਂ ਬਾਅਦ ਇਹ 96-97 ਦੇ ਵਿੱਚ ਜੀ ਮਿਡਲ ਸਕੂਲ ਇਹ ਅਪਗ੍ਰੇਡ ਹੋਇਆ ਜੀ ਜੀ, ਪਰ ਉਦੋਂ ਸਾਡੇ ਬਹੁਤ ਬੱਚੇ ਥੋੜ੍ਹੇ ਸੀ, 5-7 ਵਾਰੀ ਸਕੂਲ ਟੁੱਟਣ ਦੀ ਵੀ ਨੌਬਤ ਆਈ, ਪਰ ਪਿੰਡ ਦੇ ਸਹਿਯੋਗ ਨਾਲ ਅਸੀਂ ਬੱਚੇ ਗੁਆਂਢੀ ਪਿੰਡਾਂ 'ਚੋਂ ਬਸਤੀਆਂ 'ਚੋਂ ਲਿਆਂਦੇ, ਅੱਜ ਸਾਡਾ ਐਲੀਮੈਂਟਰੀ ਸਕੂਲ ਤੱਕ ਜੀ ਵਧੀਆ 50 ਬੱਚੇ ਪੜ੍ਹ ਰਹੇ ਨੇ। ਅੱਛਾ। ਪਰ ਅਗਲੀ ਜਿਹੜੀ ਐਜੂਕੇਸ਼ਨ CBSE ਬੋਰਡ ਦੀ ਹੈ ਉਹਦੇ ਲਈ ਬਿਲਕੁਲ ਸਾਡੇ ਬੱਸ ਸਟੈਂਡ ਦੇ ਉੱਪਰ ਭਾਈ ਦੱਸੇ ਪਿੰਡ ਦੀ ਗੁਰਦੁਆਰਾ ਸਾਹਿਬ ਦੀ ਜ਼ਮੀਨ ਸੀ ਜੀ, 10 ਏਕੜ ਜ਼ਮੀਨ ਡੋਨੇਟ ਕੀਤੀ, ਔਰ ਮੇਰੇ ਖਿਆਲ ਸਾਡੇ ਪਿੰਡ ਦਾ ਸਭ ਤੋਂ ਵੱਡਾ ਸਹਿਯੋਗ ਰਿਹਾ, ਤਿਲ ਫੁੱਲ ਇਕੱਠਾ ਕਰਕੇ ਅਸੀਂ ਉਹਨਾਂ ਨੂੰ 10 ਲੱਖ ਰੁਪਇਆ ਡੋਨੇਸ਼ਨ ਵੀ ਦਿੱਤੀ ਬੜੂ ਸਾਹਿਬ ਵਾਲੇ ਟਰੱਸਟ ਨੂੰ ਜੀ, ਔਰ ਅੱਜ ਉਸ ਅਕੈਡਮੀ ਦੇ ਬੱਚੇ ਕੈਨੇਡਾ ਅਮੈਰੀਕਾ ਦੇ ਵਿੱਚ 100-150 ਬੱਚਾ, ਨਿਊਜ਼ੀਲੈਂਡ ਆਸਟ੍ਰੇਲੀਆ, ਔਰ ਈਵਨ ਕਿ 4-5 ਬੱਚੇ ਜਿਹੜੇ MBBS MD ਔਰ DMB ਕਰ ਰਹੇ ਆ ਮੈਡੀਕਲ ਕਾਲਜ ਪਟਿਆਲਾ ਜਾਂ ਅੰਮ੍ਰਿਤਸਰ, ਪੂਰੇ ਇਲਾਕੇ ਦੇ 50 ਪਿੰਡਾਂ ਦੇ ਬੱਚੇ ਜਾਂ ਸ਼ਹਿਰਾਂ ਦੇ ਬੱਚੇ। ਦੇਖੋ ਇੱਕ ਰੋਹੀ ਦੇ ਵਿੱਚ ਖੁੱਲ੍ਹਿਆ ਸਕੂਲ ਜਿਹਦੇ ਵਿੱਚ ਬਠਿੰਡਾ ਔਰ ਮਾਨਸਾ ਤੋਂ ਸ਼ਹਿਰੀ ਬੱਚੇ ਵੀ ਆ ਰਹੇ ਹਨ, ਤਾਂ ਉਹ ਪੜ੍ਹੇ ਲਿਖੇ ਪੇਰੈਂਟਸ ਉੱਥੇ ਜੈਸਵ ਜੋਵੀਅਰ 'ਚ ਵੀ ਪੜ੍ਹਾ ਸਕਦੇ ਆ। ਤੁਹਾਡਾ ਜਿਹੜਾ ਪਿੰਡ ਆ ਉਹ ਮਾਨਸਾ ਦੀ ਵੀ ਹੱਦ 'ਤੇ ਆ? ਹਾਂਜੀ, ਬਠਿੰਡਾ ਮਾਨਸਾ ਔਰ ਬਠਿੰਡੇ ਦਾ, ਬਠਿੰਡੇ ਜ਼ਿਲ੍ਹੇ ਦਾ ਲਾਸਟ ਪਿੰਡ ਹੈ, ਮਾਨਸਾ ਦਾ ਇਸ ਤੋਂ ਅੱਗੇ ਨਾਲ ਹੀ ਭਾਈ ਦੇਸਾਪੁਰ ਜਾਠੀਓ ਮਾਨਸਾ ਦੇ ਵਿੱਚ ਪੈਂਦਾ ਜੀ, ਪਰ ਪੂਰੇ ਪੰਜਾਬ ਦੇ ਵਿੱਚ ਹੁਣ ਤਾਂ ਇਹ ਪੂਰੇ ਪੰਜਾਬ ਦਾ ਇੱਕ ਚਮਕਦਾ ਪਿੰਡ ਹੈ। ਬਿਲਕੁਲ। ਅੱਛਾ ਵਿੱਦਿਆ ਪੱਖੋਂ ਤੁਸੀਂ ਆਪਣੇ ਬੱਚਿਆਂ ਲਈ ਸਕੂਲ ਲਈ ਵਧੀਆ ਉਪਰਾਲੇ ਕਰ ਰਹੇ ਹੋ। ਇੱਕ ਗੱਲ ਹੋਰ ਹੁੰਦੀ ਹੈ, ਜਿਸ ਤਰ੍ਹਾਂ ਆਪਾਂ ਕੂੜਾ ਕਰਕਟ ਆ ਜਿਹੜਾ ਘਰਾਂ ਦਾ, ਕੋਈ ਘਰੋਂ ਸੁੰਬਰਿਆ ਬਾਹਰ ਕੱਢਤਾ, ਉੱਥੋਂ ਸੁੰਬਰਿਆ ਗੁਆਂਢੀ ਦੇ ਅੱਗੇ ਕਰਤਾ, ਇਹੋ ਜਿਹਾ ਰੁਝਾਨ ਹੈ ਤੁਹਾਡੇ ਪਿੰਡ 'ਚ ਜਾਂ ਕਿਵੇਂ ਆ ਸਾਫ਼ ਸਫਾਈ ਦਾ ਕਿਵੇਂ ਕਰਦੇ? ਬੇਸਿਕਲੀ ਤਾਂ ਜੀ ਸਾਰੀਆਂ ਲੇਡੀਜ਼ ਪਹਿਲਾਂ ਹੀ ਸਾਡੇ ਪਿੰਡ ਦਾ ਪਿਛਲੇ ਸਮੇਂ ਤੋਂ ਆ ਵੀ ਬੁਣੀਆਂ ਆਪਦੇ ਸੰਭਰ ਦੇ ਤੇ ਆਪਦੀ ਜਾਂ ਤਾਂ ਨੇੜੇ ਡੱਕੜ ਵਾਲਾ ਆਪਦੀ ਰੂੜੀ 'ਤੇ ਸਿੱਟਦੇ ਆ, ਨਹੀਂ ਹੁਣ ਇਹ ਡਸਟਬਿਨ ਤੁਸੀਂ ਦੇਖ ਹੀ ਰਹੇ ਹੋ ਦੇ ਬਾਰੇ ਕੇ ਛੋਟੇ ਮੋਟੇ ਈਵਨ ਕਿ ਇੱਥੇ ਸਵੇਰੇ ਪੱਤੇ ਆ ਕੇ ਸੰਭਰਨਾ ਜੀ ਸਾਡੇ ਭਰਾਵਾਂ ਦਾ, ਅੱਜ ਮੈਂ ਸੰਭਰ ਦਾ, ਕੱਲ੍ਹ ਨੂੰ ਦੇਖੋ ਦੇਖ ਹੁਣ ਸਵੇਰੇ ਜਦੋਂ ਕੋਈ ਸੱਥ ਜਿਹੜਾ ਪਹਿਲਾਂ ਆ ਜਾਂਦਾ ਝਾੜੂ ਪਏ ਹੈ ਸਵੇਰੇ ਚੱਕ ਲੈਣਾ ਝਾੜੂ ਆ ਕੇ ਅਤੇ ਡਸਟਬਿਨਾਂ ਦੇ 'ਚ ਪਾ ਦੇਣੇ ਆ। ਬਹੁਤ ਘੱਟ ਪਰ ਹੋਰ ਵੀ ਅੱਗੇ ਸਾਰੇ ਨਗਰ ਨੂੰ ਵੀ ਅਪੀਲ ਕਰਦੇ ਹਾਂ ਤੁਹਾਡੇ ਜ਼ਰੀਏ ਕਿਤੇ ਸਮਾਜ ਨੂੰ ਵੀ, ਜੇਕਰ ਪੂਰਾ ਪੰਜਾਬ ਆਪਦਾ ਬਾਹਰ ਹਰ ਇੱਕ ਬੰਦਾ ਸਮਾਰ ਲਏ ਤਾਂ ਪੂਰਾ ਪੰਜਾਬ ਵੀ ਤੰਦਰੁਸਤ, ਪੂਰਾ ਪੰਜਾਬ ਵੀ ਸਵਸਥ ਹੋ ਸਕਦਾ ਜੀ ਜੀ, ਠੀਕ ਹੈ। ਇਹ ਤਾਂ ਲੋੜ ਹੈ ਸੋਚ ਬਦਲਣ ਦੀ। ਬਿਲਕੁਲ। ਅਤੇ ਜੇਕਰ ਬਿਮਾਰੀਆਂ ਤੋਂ ਬਚਣਾ ਅਤੇ ਆਉਣ ਵਾਲੇ ਭਵਿੱਖ ਲਈ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਲਈ ਦੇਖਣਾ ਤਾਂ ਇਹ ਪਾਣੀ ਔਰ ਹਵਾ ਜੀ, ਠੀਕ ਹੈ ਨਾ, ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਤ, ਜੇਕਰ ਇਹਨੂੰ ਰੱਖਣਾ ਹੈ ਵਿਸ਼ੇ ਨੂੰ ਬਾਬੇ ਨਾਨਕ ਦੀ ਗੁਰਬਾਣੀ ਨੂੰ, ਤਾਂ ਆਪਾਂ ਨੂੰ ਸਾਰਿਆਂ ਨੂੰ ਇਹ ਧਾਰਨੀ ਬਣਨੀ ਪੈਣੀ ਜੀ।
ਦੋਸਤੋ ਨੌਜਵਾਨਾਂ ਦਾ ਜਿਹੜਾ ਯੋਗਦਾਨ ਬਹੁਤ ਵੱਡਾ ਹੁੰਦਾ ਹੈ, ਕਿਉਂਕਿ ਜੇ ਜਵਾਨੀ ਨਾਲ ਹੈ ਤਾਂ ਵਿਕਾਸ ਕਿਸੇ ਵੀ ਖੇਤਰ ਦੇ ਵਿੱਚ ਅਸੰਭਵ ਨਹੀਂ ਹੈ। ਇਸ ਨਗਰ ਦੇ ਨੌਜਵਾਨ ਜਸਵੀਰ ਸਿੰਘ ਮੇਰੇ ਨਾਲ ਨੇ, ਆਪਾਂ ਭਾਰਤੀ ਹਵਾਈ ਫੌਜ ਦੇ ਵਿੱਚ ਜੋ ਆਪਣੀਆਂ ਸੇਵਾਵਾਂ ਦੇ ਰਹੇ ਆ ਉਹ ਵੀ ਇਸ ਵਕਤ ਪਿੰਡ ਦੇ ਵਿੱਚ ਆਏ ਹੋਏ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਜਸਵੀਰ ਜੀ, ਜਿਸ ਤਰ੍ਹਾਂ ਮੈਂ ਵੇਖ ਰਿਹਾ ਕਿ ਛੱਪੜ ਦੇ ਵਿੱਚੋਂ ਵੀ ਤੁਹਾਡਾ ਪਿੰਡ ਜਿਹੜੀ ਚੰਗੀ ਆਮਦਨ ਲੈ ਰਿਹਾ, ਕਿਵੇਂ ਕੀਤਾ ਇਹ ਪ੍ਰਬੰਧ? ਛੱਪੜ ਜੀ ਅਸੀਂ ਪਿੰਡ ਦੀ ਪੰਚਾਇਤ ਤੋਂ ਠੇਕੇ 'ਤੇ ਲਿਆ ਹੋਇਆ, ਇਹਦੇ ਵਿੱਚ ਅਸੀਂ ਮੱਛੀਆਂ ਛੱਡੀਆਂ ਅਤੇ ਜਿਹੜੀ ਮੱਛੀਆਂ ਤੋਂ ਸਾਨੂੰ ਆਮਦਨ ਹੋਊਗੀ ਉਹ ਅਸੀਂ ਪਿੰਡ ਦੇ ਵਿਕਾਸ 'ਤੇ ਲਾਵਾਂਗੇ ਜੀ। ਅਤੇ ਛੱਪੜ ਦੇ ਅਸੀਂ ਪਹਿਲਾਂ ਪੂਰੀ ਸਾਫ਼ ਸਫਾਈ ਕੀਤੀ ਹੋਈ ਹੈ ਅਤੇ ਤੁਸੀਂ ਦੇਖ ਰਹੇ ਹੋ ਛੱਪੜ ਦੀਆਂ ਕੰਧਾਂ 'ਤੇ ਵਾਈਟ ਵਾਸ਼ ਕੀਤਾ ਹੋਇਆ ਜੀ ਜੀ। ਅਤੇ ਉਸ ਤੋਂ ਜਿਹੜੀ ਸਾਨੂੰ ਕੋਈ ਵੀ ਆਮਦਨ ਹੋ ਰਹੀ ਹੈ ਮੱਛੀਆਂ ਤੋਂ ਉਹ ਅਸੀਂ ਪਿੰਡ ਦੇ ਵਿਕਾਸ 'ਤੇ ਲਾਵਾਂਗੇ ਜੀ। ਨੌਜਵਾਨਾਂ ਦੇ ਜਿਵੇਂ ਹੁੰਦੇ ਆ ਆਮ ਤੌਰ 'ਤੇ ਪਿੰਡਾਂ ਦੇ ਵਿੱਚ ਟੂਰਨਾਮੈਂਟ ਕਰਵਾ ਦਿੱਤੇ ਜਾਂਦੇ ਆ ਜਾਂ ਕੁਝ ਹੋਰ ਪ੍ਰੋਗਰਾਮ ਕਰਵਾ ਦਿੱਤੇ ਜਾਂਦੇ ਆ, ਮੇਰਾ ਖਿਆਲ ਤੁਹਾਡੇ ਪਿੰਡ ਦੇ ਜਿੰਨੇ ਵੀ ਨੌਜਵਾਨ ਨੇ ਉਹ ਪਿੰਡ ਦਾ ਵਿਕਾਸ ਕਰਨ ਦੇ ਵਿੱਚ ਹੀ ਜੁਟੇ ਹੋਏ ਨੇ। ਵੀਰ, ਇਹ ਸੂਝਵਾਨ ਸੱਜਣਾਂ ਦੀ ਜਿਹੜੀ ਸੋਚ ਹੈ ਉਹਨੇ ਯੂਥ ਪਾਵਰ ਨੂੰ ਗਾਈਡ ਕਰਕੇ ਯੂਥ ਪਾਵਰ ਨੂੰ ਨਾਲ ਲੈ ਕੇ ਚੱਲੇ, ਉਹਦਾ ਇਹ ਜਿਹੜਾ ਨਤੀਜਾ ਉਹ ਤੁਸੀਂ ਦੇਖ ਰਹੇ ਹੋ ਜੀ। ਅਤੇ ਇਹ ਜਿਹੜੇ ਨੌਜਵਾਨ ਸੀ ਉਹਨਾਂ ਦੇ ਵਿੱਚ ਬਰੂਤਾ ਸੀ ਪਰ ਚੰਗਿਆਰੀ, ਜਿਹੜੇ ਪਿੰਡ ਦੇ ਅਗਾਂਹ ਵਧੂ ਸੋਚ ਰੱਖਣ ਵਾਲੇ ਜੀ ਬੰਦੇ ਸੀ ਉਹਨਾਂ ਨੇ ਇਹ ਅੰਗਿਆਰੀ ਲਾਈ ਲਾਉਣੀ ਸੀ ਅਤੇ ਉਹਦੇ ਉਹਦਾ ਇਹ ਸਾਰਾ ਨਤੀਜਾ ਹੈ। ਅਤੇ ਕਿ ਪਿੰਡ ਦਾ ਵਾਈਟ ਵਾਸ਼ ਹੋਇਆ, ਸਲੋਗਨਸ ਲਿਖੇ ਗਏ ਹੈ ਜਾਂ ਪੇਂਟਿੰਗਸ ਹੋਈਆਂ, ਅਤੇ ਅੱਜ ਇੰਨਾ ਕੁ ਕਰੇਜ ਹੈ ਯੂਥ ਦੇ ਵਿੱਚ ਕਿ ਮੁੰਡੇ ਰਾਤ ਦੇ 10-10 ਵਜੇ ਤੱਕ ਪਿੰਡ ਦੀ ਸਾਫ਼ ਸਫਾਈ 'ਚ ਲੱਗੇ ਰਹਿੰਦੇ ਆ। ਵਾਹ ਜੀ ਵਾਹ। ਦੋਸਤੋ ਇਹ ਇੱਕ ਭਾਵਨਾ ਹੁੰਦੀ ਹੈ, ਜਿਸ ਤਰ੍ਹਾਂ ਮੈਂ ਇਸ ਪਿੰਡ ਦੇ ਵਿੱਚ ਜਦੋਂ ਆਇਆ ਤਾਂ ਰੂਹ ਖੁਸ਼ ਹੋ ਗਈ, ਕਿਉਂਕਿ ਬੇਸ਼ੱਕ ਇਹ ਨਿੱਕਾ ਜਿਹਾ ਪਿੰਡ ਹੈ ਪਰ ਇਸ ਪਿੰਡ ਦੇ ਲੋਕਾਂ ਦੀ ਭਾਵਨਾ ਬੜੀ ਵੱਡੀ ਹੈ, ਕਿਉਂਕਿ ਜੇ ਭਾਵਨਾ ਸਾਡੀ ਸਟਰੋਂਗ ਹੈ, ਤਕੜੀ ਹੈ, ਸਾਡੀ ਸਮਰੱਥਾ, ਅਸੀਂ ਕੁਝ ਵੀ ਕਰ ਸਕਦੇ ਹਾਂ। ਅਜਿਹੇ ਪਿੰਡਾਂ ਦੀ ਪੰਜਾਬ ਨੂੰ, ਅਜਿਹੇ ਲੋਕਾਂ ਦੀ ਪੰਜਾਬ ਨੂੰ ਬਹੁਤ ਜ਼ਿਆਦਾ ਲੋੜ ਹੈ, ਕਿਉਂਕਿ ਜੇ ਪੰਜਾਬ ਦੇ ਪਿੰਡ ਸੰਵਰਨਗੇ, ਪੰਜਾਬ ਦੇ ਲੋਕ ਇਸ ਸੋਚ ਨੂੰ ਲੈ ਕੇ ਚੱਲਣਗੇ ਤਾਂ ਪੰਜਾਬ ਜਿਹੜਾ ਤਰੱਕੀ ਦੀਆਂ ਰਾਹਾਂ 'ਤੇ ਹੋਵੇਗਾ। ਜਸਵੀਰ, ਇਸ ਤੋਂ ਇਲਾਵਾ ਮੈਂ ਵੇਖ ਰਿਹਾ ਸੀ ਕਿ ਘਰਾਂ ਦੇ ਅੱਗੇ ਵੀ ਤੁਸੀਂ ਰੰਗ ਤਕਰੀਬਨ ਇੱਕੋ ਜਿਹੇ ਕੀਤੇ ਹੋਏ ਨੇ, ਸਲੋਗਨ ਤਾਂ ਲਿਖੇ ਹੀ ਲਿਖੇ ਨੇ, ਨਾਲ ਦੀ ਨਾਲ ਤੁਸੀਂ ਸੜਕਾਂ ਦੇ ਉੱਪਰ ਵੀ ਜਿਹੜੀ ਪੱਟੀ ਲਾਈ ਹੋਈ ਹੈ, ਇਹ ਰੰਗ ਵਗੈਰਾ ਦਾ ਵੀ ਤੁਹਾਡਾ ਬਹੁਤ ਜ਼ਿਆਦਾ ਖਰਚਾ ਹੋ ਜਾਂਦਾ ਹੋਊ। ਇਹ ਵੀਰੇ ਜਿਹੜਾ ਘਰਾਂ ਦੇ ਅੱਗੇ ਰੰਗ ਕੀਤਾ ਗਿਆ ਇਹਦੇ ਵਿੱਚ ਸਾਨੂੰ ਕੰਟਰੀਬਿਊਸ਼ਨ ਦਿੱਤਾ ਗਿਆ। ਜਦੋਂ ਅਸੀਂ ਸਟਾਰਟਿੰਗ ਕੀਤਾ ਸੀਗਾ ਜਿਸ ਘਰ ਦੇ ਅੱਗੇ ਇਹ ਰੰਗ ਹੋ ਰਿਹਾ ਸੀ ਉਹਨਾਂ ਨੇ ਸਾਨੂੰ ਕੰਟਰੀਬਿਊਟ ਕੀਤਾ ਅਤੇ ਨਾਲ ਨਾਲ ਇਹ ਲਹਿਰ ਚੱਲਦੀ ਗਈ ਅਤੇ ਇਹ ਲਹਿਰ ਦਾ ਸਾਨੂੰ ਪਤਾ ਵੀ ਨਹੀਂ ਲੱਗਿਆ ਕਿ ਕਦੋਂ ਸਾਰਾ ਪਿੰਡ ਵਾਈਟ ਵਾਸ਼ ਹੋ ਗਿਆ ਜੀ ਜੀ। ਅਤੇ ਸਾਨੂੰ ਅੱਜ ਖੁਸ਼ੀ ਹੁੰਦੀ ਹੈ, ਦਿਲ ਬਾਗੋ ਬਾਗ ਹੁੰਦਾ ਜਦੋਂ ਬਾਹਰਲੇ ਪਿੰਡਾਂ ਤੋਂ ਲੋਕ ਆਉਂਦੇ ਆ ਅਤੇ ਉਹ ਮਤਲਬ ਹੈਰਾਨ ਰਹਿ ਜਾਂਦੇ ਕਿ ਕਿਵੇਂ ਹੋ ਸਕਦਾ ਜੀ। ਅਤੇ ਅਸੀਂ ਮਤਲਬ ਇਸ ਲਈ ਬਹੁਤ ਖੁਸ਼ੀ ਵੀ ਹੁੰਦੀ ਹੈ ਸਾਨੂੰ ਇਸ ਗੱਲ ਦੀ। ਜਦੋਂ ਦੋਸਤੋ ਕੋਈ ਜਗ੍ਹਾ ਬਣ ਜਾਂਦੀ ਹੈ ਤਾਂ ਉਸਦੇ ਨਜ਼ਾਰਾ ਆਪਣੀ ਕਲਾ ਪੇਸ਼ ਕਰਦਾ ਹੈ। ਜਦੋਂ ਮੈਂ ਆਇਆ ਤਾਂ ਇਹਨਾਂ ਸੱਜਣਾਂ ਨੇ ਮੈਨੂੰ ਪੁਰਾਣੇ ਪਿੰਡ ਦੀਆਂ ਜਿਹੜੀਆਂ ਤਸਵੀਰਾਂ ਵਿਖਾਈਆਂ, ਕਿਤੇ ਰੂੜੀਆਂ ਹੋਇਆ ਕਰਦੀਆਂ ਸੀ, ਕਿਤੇ ਕੂੜੇ ਕਰਕਟ ਦੇ ਢੇਰ ਅਤੇ ਕਿਤੇ ਵੈਸੇ ਹੀ ਘਾਹ ਫੂਸ ਬਹੁਤ ਜ਼ਿਆਦਾ ਸੀ, ਪਰ ਹੁਣ ਜਦੋਂ ਉਹ ਜਗ੍ਹਾ ਨੂੰ ਵੇਖਦੇ ਹਾਂ ਤਾਂ ਜ਼ਮੀਨ ਅਸਮਾਨ ਦਾ ਫਰਕ ਹੈ। ਮੈਂ ਪਾਲ ਸਿੰਘ ਕੋਲ ਫਿਰ ਆਵਾਂਗਾ ਕਿਉਂਕਿ ਜਿਨ੍ਹਾਂ ਨੇ ਕੰਮ ਦੀ ਸ਼ੁਰੂਆਤ ਕੀਤੀ ਸੀ। ਪਾਲ ਸਿੰਘ ਜੀ, ਵੱਡੀ ਗੱਲ ਹੁੰਦੀ ਹੈ ਜਦੋਂ ਆਪਾਂ ਕੰਮ ਸ਼ੁਰੂ ਕਰ ਲੈਂਦੇ ਹਾਂ, ਉਸ ਤੋਂ ਬਾਅਦ ਇਹ ਕੰਮ ਜਾਰੀ ਰੱਖਣਾ ਬਹੁਤ ਜ਼ਿਆਦਾ ਵੱਡੀ ਗੱਲ ਹੋ ਜਾਂਦੀ ਹੈ। ਤੁਹਾਨੂੰ ਕੀ ਲੱਗਦਾ ਵੀ ਪਿੰਡ ਵਾਸੀ ਇਸ ਕੰਮ ਲਈ ਸਹਿਯੋਗ ਭਵਿੱਖ ਦੇ ਵਿੱਚ ਦਿੰਦੇ ਰਹਿਣਗੇ? ਨਹੀਂ, ਹੁਣ ਤਾਂ ਦਿੰਦੇ ਰਹਿਣਗੇ ਜੀ ਜੀ। ਅਤੇ ਇੱਕ ਜਿਹੜੀ ਵੱਡੀ ਗੱਲ ਮੈਂ ਹੋਰ ਆਪਣੇ ਦਰਸ਼ਕਾਂ ਦੇ ਨਾਲ, ਜਿਹੜੇ ਦੂਸਰੇ ਪਿੰਡਾਂ ਦੇ ਲੋਕ ਵੇਖ ਰਹੇ ਨੇ, ਮੈਂ ਚਾਹੂੰਗਾ ਤੁਸੀਂ ਆਪਣੇ ਮੂੰਹੋਂ ਇੱਕ ਵਾਰੀ ਦੱਸੋ ਕਿ ਕਿੰਨਾ ਕੁ ਔਖਾ ਕੰਮ ਆ ਆਪਣੇ ਪਿੰਡ ਨੂੰ ਸੰਵਾਰਨਾ ਅਤੇ ਕਿੰਨੀ ਕੁ ਮਿਹਨਤ ਦੀ ਲੋੜ ਹੈ? ਨਹੀਂ, ਔਖਾ ਤਾਂ ਕੋਈ ਨਹੀਂ, ਆਪਾਂ ਆਪਦੇ ਘਰ ਸੰਵਾਰਨਾ, ਘੰਟੇ ਸਾਫ਼ ਹੈ ਸਾਰਾ ਪਿੰਡ, ਕਿੰਨਾ ਹੀ ਵੱਡਾ ਹੈ ਜੀ, ਸਾਡਾ ਬਹਾਨੇ ਆ ਸਭ ਵੀ ਜੀ, ਸਾਡਾ ਪਿੰਡ ਵੱਡਾ ਜਾਂ ਹੋਰ। ਔਕੜਾਂ ਆਉਂਦੀਆਂ ਜੀ, ਇੱਕ ਵਾਰੀ ਸ਼ੁਰੂਆਤ ਕਰਕੇ ਦੇਖੋ, ਔਕੜਾਂ ਜ਼ਰੂਰ ਆਉਣਗੀਆਂ ਪਰ ਜੇ ਤੁਹਾਡਾ ਨਿਸ਼ਚਾ, ਤੁਸੀਂ ਦ੍ਰਿੜ ਨਿਸ਼ਚਾ ਰੱਖਿਆ ਤਾਂ ਤੁਸੀਂ ਆਪਦੀ ਮੰਜ਼ਿਲ 'ਤੇ ਜ਼ਰੂਰ ਪਹੁੰਚੋਗੇ। ਦੋਸਤੋ ਇਹ ਇਸ ਪਿੰਡ ਦੀ ਕਹਾਣੀ ਹੈ। ਸੁੱਖਾ ਸਿੰਘ ਵਾਲਾ ਦੇ ਲੋਕਾਂ ਨੇ ਤਾਂ ਆਪਣਾ ਪਿੰਡ ਸੰਵਾਰ ਲਿਆ, ਇਹ newsnumber.com ਨੇ ਕੋਸ਼ਿਸ਼ ਇਸ ਕਰਕੇ ਕੀਤੀ ਤਾਂ ਕਿ ਇਹਨਾਂ ਨੂੰ ਵੀ ਹੌਸਲਾ ਮਿਲੇ ਅਤੇ ਤੁਹਾਨੂੰ ਵੀ ਕੁਝ ਕਰਨ ਦਾ ਇੱਕ ਜਜ਼ਬਾ ਮਿਲ ਸਕੇ।
ਇਸ ਤੋਂ ਇਲਾਵਾ ਆਪਾਂ ਪਿੰਡ ਦੀ ਇੱਕ ਗੇੜੀ ਲਾਵਾਂਗੇ, ਆ ਜਾਓ ਤੁਸੀਂ ਸਾਡੇ ਨਾਲ। ਇੱਥੋਂ ਆਪਾਂ ਗੱਲਾਂ ਬਾਤਾਂ ਕਰਕੇ ਹੁਣ ਤੁਹਾਨੂੰ ਪਿੰਡ ਦੇ ਘਰ ਪਿੰਡ ਦੇ ਸਾਥ ਤੋਂ ਅੱਗੇ ਚੱਲਦੇ ਹਾਂ ਕਿ ਕਿਹੜਾ ਕਿਹੜਾ ਵਿਕਾਸ ਇਹਨਾਂ ਨੇ ਪਿੰਡ ਦੇ ਵਿੱਚ ਹੋਰ ਜ਼ਿਆਦਾ ਕੀਤਾ। ਆ ਜਾਓ ਫਿਰ ਮਾਰੀਏ। ਝਾਤੀ ਮਾਰੀ ਤਾਂ ਵੇਖਿਆ ਕਿ ਨਗਰ ਨਿਵਾਸੀਆਂ ਨੇ ਬਹੁਤ ਸਾਰੇ ਫੁੱਲ ਬੂਟਿਆਂ ਨੂੰ ਕੱਟ ਕੇ ਆਪਣੇ ਪਿੰਡ ਦਾ ਜਿਹੜਾ ਨਾਮ ਤਿਆਰ ਕੀਤਾ SSW ਸੁੱਖਾ ਸਿੰਘ ਵਾਲਾ। ਅਤੇ ਮੈਂ ਵੇਖ ਰਿਹਾ ਸੀ ਕਿ ਸਾਰੇ ਘਰਾਂ ਦੀਆਂ ਕੰਧਾਂ ਨੂੰ ਇੱਕੋ ਜਿਹਾ ਰੰਗ ਕਰਕੇ ਪੂਰੇ ਪਿੰਡ ਨੂੰ ਇੱਕੋ ਜਿਹੀ ਦਿੱਖ ਦੇ ਕੇ ਸੁੱਖਾ ਸਿੰਘ ਵਾਲੇ ਦੀ ਵਾਕਈ ਨਿਹਾਰ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਨਵੇਕਲੀ ਕਰ ਦਿੱਤੀ। ਉੱਥੇ ਨਾਲ ਦੀ ਨਾਲ ਪਿੰਡ ਦੀ ਵਿਰਾਸਤ ਨੂੰ ਵੀ ਸਾਂਭਣ ਦਾ ਯਤਨ ਕੀਤਾ। ਪੁਰਾਣੇ ਦਰਵਾਜ਼ੇ ਉਹਨਾਂ ਬਜ਼ੁਰਗਾਂ ਦੀਆਂ ਉਮੀਦਾਂ ਨੂੰ ਹਾਲੇ ਤੱਕ ਬਰਕਰਾਰ ਰੱਖਿਆ ਹੋਇਆ। ਇੱਕ ਗੱਲ ਦੋਸਤੋ ਬੜੀ ਵਿਲੱਖਣ ਵੇਖੀ ਕਿ ਪਿੰਡ ਦੇ ਬਾਹਰੋਂ ਵੇਖਣ ਨੂੰ ਪੁਰਾਣੇ ਲੱਗ ਰਹੇ ਘਰਾਂ ਨੂੰ ਉਵੇਂ ਦਾ ਉਵੇਂ ਰੱਖਿਆ ਹੋਇਆ, ਅਤੇ ਅੰਦਰ ਬੇਸ਼ੱਕ ਕੋਠੀਆਂ ਉਸਰ ਗਈਆਂ ਪਰ ਪੁਰਾਣੇ ਘਰਾਂ ਦੀ ਯਾਦ ਹਾਲੇ ਤੱਕ ਸਾਂਭੀ ਹੋਈ ਹੈ ਸੁੱਖਾ ਸਿੰਘ ਵਾਲੇ ਦੇ ਲੋਕਾਂ ਨੇ। ਸੁੱਖਾ ਸਿੰਘ ਵਾਲਾ ਬੇਸ਼ੱਕ ਤਰੱਕੀ ਦੀਆਂ ਲੀਹਾਂ ਉੱਤੇ ਹੈ ਪਰ ਵਿਰਾਸਤ ਨੂੰ ਨਾਲ ਦੀ ਨਾਲ ਸਾਂਭਣਾ ਇਸ ਪਿੰਡ ਨੇ ਮੁੱਢੋਂ ਆਪਣੀ ਪਹਿਲੀ ਪਸੰਦ ਰੱਖਿਆ ਹੋਇਆ ਹੈ। ਸੋ ਦੋਸਤੋ ਇਹ ਸੀ ਅੱਜ ਮੇਰੇ ਨਾਲ ਤੁਸੀਂ ਵੇਖਿਆ ਪਿੰਡ ਸੁੱਖਾ ਸਿੰਘ ਵਾਲਾ, ਜ਼ਿਲ੍ਹਾ ਬਠਿੰਡੇ ਦਾ ਪਿੰਡ। 1200 ਦੀ ਆਬਾਦੀ ਅਤੇ 660 ਦੇ ਕਰੀਬ ਵੋਟਾਂ ਨੇ ਇਸ ਪਿੰਡ ਦੀਆਂ, ਪਰ ਇਸ ਪਿੰਡ ਦੇ ਨਿਵਾਸੀਆਂ ਨੇ ਅਜਿਹੀ ਨਿਵੇਕਲੀ ਪਹਿਲ ਅਤੇ ਕੋਸ਼ਿਸ਼ ਕੀਤੀ ਜਿਹਦੇ ਸਦਕੇ ਇਹ ਪਿੰਡ ਦੀ ਜਿਹੜੀ ਨਿਹਾਰ ਬਦਲ ਗਈ। ਜਿਸ ਤਰ੍ਹਾਂ ਤੁਸੀਂ ਵੇਖਿਆ ਕਿ ਪਿੰਡ ਦੇ ਸਾਰੀਆਂ ਕੰਧਾਂ ਨੂੰ ਇੱਕੋ ਜਿਹਾ ਰੰਗ, ਪੂਰੇ ਫੁੱਲ ਬੂਟੇ, ਸੜਕਾਂ ਦੀ ਆਲਾ ਦੁਆਲਾ ਪੂਰਾ ਸਾਫ਼ ਸੁਥਰਾ, ਸਾਰੇ ਪਿੰਡ ਦੀ ਨਿਹਾਰ ਵੇਖ ਕੇ ਰੂਹ ਖੁਸ਼ ਹੋ ਜਾਂਦੀ ਹੈ। ਉਮੀਦ ਹੈ newsnumber.com ਦੀ ਇਸ ਪੇਸ਼ਕਸ਼ ਤੋਂ ਵੇਖ ਕੇ ਪੰਜਾਬ ਦੇ ਹੋਰ ਬਹੁਤ ਸਾਰੇ ਪਿੰਡ ਆਪਣੇ ਪਿੰਡਾਂ ਦੀ ਨਿਹਾਰ ਬਦਲਣਗੇ, ਕਿਉਂਕਿ ਪਿੰਡ ਵਾਸੀਆਂ ਨੇ ਜਿਹੜੀ ਗੱਲ ਆਖੀ ਹੈ ਕਿ ਜਜ਼ਬਾ ਵੱਡਾ ਹੋਣਾ ਚਾਹੀਦਾ। ਬੇਸ਼ੱਕ ਸਰਕਾਰਾਂ ਸਹਾਇਤਾ ਕਰਦੀਆਂ, ਲੇਟ ਕਰਦੀਆਂ ਜਾਂ ਨਹੀਂ ਕਰਦੀਆਂ, ਇਹ ਤਾਂ ਸਮੇਂ ਦੀਆਂ ਬਾਤਾਂ ਹੁੰਦੀਆਂ ਨੇ। ਜਜ਼ਬਾ ਤਾਂ ਪਿੰਡ ਵਾਲਿਆਂ ਦਾ ਵੱਡਾ ਹੋਣਾ ਚਾਹੀਦਾ, ਜਿਹਦੇ ਕਰਕੇ ਅੱਜ ਸੁੱਖਾ ਸਿੰਘ ਵਾਲਾ ਪੂਰੇ ਪੰਜਾਬ ਦੇ ਵਿੱਚ ਇੱਕ ਨਵੇਕਲੇ ਸਥਾਨ ਰੱਖਦਾ ਹੈ। ਮੈਨੂੰ ਬਿੱਟੂ ਚੱਕ ਵਾਲੇ ਹੁੰਦੇ ਹੋ ਇਜਾਜ਼ਤ, ਅਗਲੀ ਵਾਰੀ ਫਿਰ ਹੋਵਾਂਗੇ ਹਾਜ਼ਰ ਦਿਲ ਦੀਆਂ ਗੱਲਾਂ ਅੱਜ ਮੇਰੇ ਨਾਲ।